ਪੰਜਾਬ ਡਾਕੂਮੈਂਟ ਟੀਵੀ ਵਿੱਚ ਤੁਹਾਡਾ ਬਹੁਤ-ਬਹੁਤ ਨਿੱਘਾ ਸਵਾਗਤ ਕਰਦੇ ਹਾਂ ਜੀ ਤੇ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹੈਗੇ ਆ ਲੇਬਰ ਕਾਰਡ ਲਾਲ ਕਾਪੀ ਲਾਪਤਰੀ ਕਾਪੀ ਦੋਸਤੋ ਇਸ ਸਕੀਮ ਜਿਹਦਾ ਜਿਹੜਾ ਨਾਮ ਹੈਗਾ ਉਹ ਸੇਮ ਹੀ ਹੈਗਾ ਜਿਹਨੂੰ ਅਸੀਂ BOCW4 ਦੇ ਨਾਮ ਦੇ ਨਾਲ ਵੀ ਜਾਣਦੇ ਆ ਗਿਆ ਸੋ ਤਾਂ ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਅਪਲੋਡ ਕੀਤਾ ਸੀ ਜਿਸ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਜਿਨ੍ਹਾਂ ਨੇ ਵਿਅਕਤੀਆਂ ਨੇ ਅਜੇ ਤੱਕ ਆਪਣੀਆਂ ਲੇਬਰ ਕਾਰਡ ਦੀਆਂ ਕਾਪੀਆਂ ਲਾਲ ਕਾਪੀਆਂ ਲਾਪਤਰੀ ਕਾਪੀਆਂ ਜਿਹੜੀਆਂ ਨਹੀਂ ਬਣਾਈਆਂ ਹੋਈਆਂ ਸੋ ਉਹਨਾਂ ਦੇ ਵਾਸਤੇ ਜੋ ਅੱਜ ਤੋਂ 15 ਦਿਨ ਪਹਿਲਾਂ ਜਿਹੜੀ ਇੱਕ ਨਵੀਂ ਵੀਡੀਓ ਅਪਲੋਡ ਅਸੀਂ ਕੀਤੀ ਸੀ ਉਹਦੇ ਵਿੱਚ ਅਸੀਂ ਦੱਸਿਆ ਸੀ ਕਿ ਉਹ ਲੇਬਰ ਕਾਰਡ ਦੀਆਂ ਕਾਪੀਆਂ ਆਈਆਂ ਸੀ ਉਹ ਬਣਨੀਆਂ ਸੀ ਜਿਹੜੀਆਂ ਬੰਦ ਹੋ ਚੁੱਕੀਆਂ ਹੈਗੀਆਂ ਸੋ ਜਿਹੜੀ ਅੱਜ ਦੀ ਵੱਡੀ ਖਬਰ ਆਈ ਗਈ ਹੈ ਲੇਬਰ ਕਾਰਡ ਕਾਪੀ ਤੇ ਉਹ ਉਹਨਾਂ ਵਿਅਕਤੀਆਂ ਲਈ ਬਹੁਤ ਹੀ ਵੱਡੀ ਖਬਰ ਹੈਗੀ ਆ ਜਿਹਨਾਂ ਵਿਅਕਤੀਆਂ ਨੇ ਅਜੇ ਤੱਕ ਆਪਣੀਆਂ ਲੇਬਰ ਕਾਰਡ ਦੀਆਂ ਕਾਪੀਆਂ ਜਿਹੜੀਆਂ ਨੇ ਨਵੀਂ ਬਣਾਈਆਂ ਹੈਗੀਆਂ ਜਾਂ ਫਿਰ ਜਿਨ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਛੋਟਾ ਮੋਟਾ ਕੰਮ ਰਹਿੰਦਾ ਹੈਗਾ ਤਾਂ ਜੋ ਕੀ ਉਹਨਾਂ ਨੂੰ 3100 ਰੁਪਏ ਦੀ ਜਿਹੜੀ ਕਿਸ਼ਤ ਹੈਗੀ ਆ ਉਹ ਛੇਤੀ ਤੋਂ ਛੇਤੀ ਜਿਹੜੀ ਆ ਮਿਲ ਸਕੇ ਕਿਉਂਕਿ ਹੁਣ 10 ਮਾਰਚ ਨੂੰ ਤੁਹਾਨੂੰ ਪਤਾ ਹੀ ਹੈਗਾ 10 ਮਾਰਚ ਨੂੰ ਨਵੀਂ ਸਰਕਾਰ ਜਿਹੜੀ ਆ ਉਹ ਬਣਨ ਜਾ ਰਹੀ ਹੈਗੀ ਆ ਉਸ ਤੋਂ ਬਾਅਦ ਤੁਹਾਡੇ ਖਾਤੇ ਵਿੱਚ ਜਿਹੜੀ 3100 ਰੁਪਏ ਦੀ ਕਿਸ਼ਤ ਹੈਗੀ ਆ ਉਹ ਅਪ ਜਿਹੜੀ ਆ ਟਰਾਂਸਫਰ ਕੀਤੀ ਜਾਵੇਗੀ ਸੋ ਜਿਨ੍ਹਾਂ ਵਿਅਕਤੀਆਂ ਦੀਆਂ ਅਜੇ ਤੱਕ ਲਾਲ ਕਾਪੀਆਂ ਅਪਡੇਟ ਹੋਣ ਵਾਲੀਆਂ ਰਹਿੰਦੀਆਂ ਨੇ ਜਾਂ ਫਿਰ ਜਿਨ੍ਹਾਂ ਨੇ ਅਜੇ ਤੱਕ ਨਹੀਂ ਬਣਾਈਆਂ ਹੈਗੀਆਂ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਨੇੜੇ ਦੇ ਸੁਵਿਧਾ ਸੈਂਟਰਾਂ ਵਿੱਚ ਜਾ ਕੇ ਜਾਂ ਫਿਰ ਲੇਬਰ ਦਫ਼ਤਰਾਂ ਵਿੱਚ ਜਾ ਕੇ ਆਪਣੀਆਂ ਕਾਪੀਆਂ ਜਿਹੜੀਆਂ ਰੀਨਿਊ ਕਰਵਾ ਸਕਦੇ ਨੇ ਜਾਂ ਫਿਰ ਅਪਡੇਟ ਕਰਵਾ ਸਕਦੇ ਨੇ ਜਿਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਟੇਟਸ ਵਗੈਰਾ ਪੈਂਡਿੰਗ ਆ ਰਿਹਾ ਹੈਗਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਕੰਮ ਜਿਹੜਾ ਹੈਗਾ ਹੈ ਛੇਤੀ ਤੋਂ ਛੇਤੀ ਕਰਵਾ ਲਵੋ ਤਾਂ ਜੋ ਕਿ ਤੁਹਾਨੂੰ 3100 ਰੁਪਏ ਵਾਲੀ ਜਿਹੜੀ ਅਗਲੀ ਕਿਸ਼ਤ ਹੈਗੀ ਆ ਜੋ ਕਿ ਟਰਾਂਸਫਰ ਹੋਣ ਜਾ ਰਹੀ ਹੈ ਬਹੁਤ ਹੀ ਜਲਦੀ ਸੋ ਨੂੰ ਮਿਲ ਸਕੇ ਸੋ ਇਹ ਸੀ ਸਾਡਾ ਇਹਦਾ ਛੋਟਾ ਜਿਹਾ ਵੀਡੀਓ ਮੈਨੂੰ ਉਮੀਦ ਹੈ ਤੁਹਾਨੂੰ ਪੂਰੀ ਜਾਣਕਾਰੀ ਮਿਲ ਗਈ ਹੋਏਗੀ ਬਾਕੀ ਲਾਲ ਕਾਪੀ ਬੰਦੀ ਕਿਵੇਂ ਆ ਉਹਦੀਆਂ ਵੀਡੀਓ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਧੰਨਵਾਦ